बूटा पाट के देखो, जिथे तुसी कोसा मिल पाइया वो बूटा पाट लो, जिथे नहीं पाई वो पाट के दे लो। बूटे नो तो के देखो जिथे वीर मेरे कोसा मिल पाई है पूरा ब्रेक मेरी थले जड़ा दा ऐ ज्यादा बन जूगा, जिन्ना ज्यादा ज्यादा बन जूगा थले जिन्ना समान पे है जिंक लोहा पोटा डीएपी या दूजी खादा पे है ये बूटा खुराक खिचनी शुरू कर दूगा। जो इन्हें खुराक खिचनी शुरू करती इन की होंगे कि आ वाली जी शाखावान तरह होंगे कि एटोमैटिकली बदलिया शुरू हो जाती है, जिन्या शाखावान तेने ज्यादा बदल गए एटोमैटिकली झाड़ के वाधा होगा। दूजे नंबर पर यह जी कोसा मिल है एज ए फंगीसाइड एक्रीसाइड होने की वजह जी उल्ली नाशक या कांकरे की बीमारी लगती है जिंदे वास्ते आम जमींदार भरा कार्बन डीजल की स्प्रे करते हैं, जिथे तुम कोसा मिल पाओगे इनके पाना बीमारियां घट तो घट लगेंगे जिस दे नाल तुम स्प्रेयां भी घट तो घट करनी पैंदी है। तीजे नंबर पर जी जमीन माड़ियाँ शोरे वाली जमीन है कलर वाले वाण है या जिथे एक दो तीन चार नंबर बोरों के पानी लगते हैं, जिथे भी बोरों के पानी लगते हैं उन्ना जमीन में शोरा कलर होंगे ही होंगे, ये शोरे कलर भी खत्म करती है। चौथे नंबर पर इन्हे पालना फसल की क्वालिटी बहुत वधिया बनती है। जगर आप झाड़ के जाइए तो वीर मेरे इन्हें पालना दो क्विंटल तो लैके अढ़ाई पौने तीन क्विंटल तक झोने के एक किले के झाड़ के वाधा होता है। जिस तरह आप आटा एक कनक नहीं खा सकते आप रोटी खाने उस तरह जो पौधे है डायरैक्ट सल्फर फार्म के नहीं ले सकते सल्फेट फार्म के लेंगे है। मेरे कहने का मतलब यह है जिते भी तुम कोसा मिल पाओगे पौधे नाल भोजन लेना शुरू कर देंगे रोटी खाना शुरू कर देंगे, रोटी खाने तो बाद अपन पानी की प्यास पानी की त्रेह भी लगती है, जिहड़ी जमीन ताड़ी थलो पानी नहीं सोख सकदियां जिथे कोसा मिल पाओगे नाल जमीन पानी सोखना शुरू कर देंगे। इस दे नाल कई बार अपनी धारणा गलत होंदी है कि जिथे आप कोसा मिल पावे ये पानी ज्यादा पीती है, इस तरह की कोई गल नहीं हैगी है, ये जाके जमीन के रोम खोल देंगी है मसान खोल देंगी है, जितों तक 5-7 इंच तक जड़ा होंगी है ਇਹ ਕੋਸਾ ਮਿਲ ਉੱਥੋਂ ਤੱਕ ਜਾ ਕੇ ਪਾਣੀ ਨੂੰ ਰੋਕ ਲੈਂਦੀ ਹੈ। ਅਗਰ ਵੀਰ ਵੀਰੇ ਆਪਣੇ ਕਿਸੇ ਫਸਲ ਨੂੰ 4-5 ਦਿਨ ਪਾਣੀ ਲੇਟ ਵੀ ਲੱਗਦਾ ਤਾਂ ਆਪਣੀ ਫਸਲ ਖਰਾਬ ਨਹੀਂ ਹੋਊਗੀ। ਇਸ ਤੋਂ ਇਲਾਵਾ ਆਪ ਆਪਣੇ ਖੇਤਾਂ ਦੇ ਬੂਟੇ ਪੱਟ ਕੇ ਦੇਖੋ ਆਲਤੂ ਫਾਲਤੂ ਦੀ ਚੀਜ਼ਾਂ ਪਾਉਣ ਦਾ ਖੇਤਾਂ ਦੇ ਵਿੱਚ ਕੋਈ ਫਾਇਦਾ ਨਹੀਂ। 3-4 ਮੋਟੀਆਂ ਮੋਟੀਆਂ ਨਿਸ਼ਾਨੀਆਂ। ਨੰਬਰ 1 ਜਿਹੜੀ ਫਸਲ ਦੇ ਬੂਟੇ ਆਪਣ ਉੱਥੋਂ ਤੋਂ ਨੁੱਕਰ ਤੋਂ ਤਾਂਬੇ ਵਰਗੇ ਵਿਖਣੇ ਸ਼ੁਰੂ ਹੋ ਜਾਣ ਉਹਨਾਂ ਖੇਤਾਂ ਦੇ ਵਿੱਚ ਜਿੰਕ ਦੀ ਘਾਟ ਹੈ ਉੱਥੇ ਆਪਾਂ ਜਿੰਕ ਪਾਉਣੀ ਚਾਹੀਦੀ ਹੈ। ਜਿਹੜੀ ਫਸਲਾਂ ਦੇ ਪੱਤੇ ਵਿਚਕਾਰ ਚਿੱਟੇ ਹੁੰਦੇ ਜਿਵੇਂ ਚਰੀ ਮੱਕੀ ਦੇ ਵਿੱਚ ਤੁਸੀਂ ਦੇਖਦੇ ਹੋ ਵੀਰ ਮੇਰੇ ਉੱਥੇ ਲੋਹੇ ਦੀ ਘਾਟ ਹੈ ਉੱਥੇ ਆਪਾਂ ਲੋਹਾ ਪਾਉਣਾ ਚਾਹੀਦਾ। ਜਿਹੜੇ ਫਸਲ ਦੇ ਉੱਪਰਲੇ ਪੱਤੇ ਪੀਲੇ ਰੰਗ ਦੇ ਹੁੰਦੇ ਹੈ ਉਹ ਯੂਰੀਆ ਦੀ ਘਾਟ ਹੁੰਦੀ ਹੈ। ਯੂਰੀਆ ਦੀ ਘਾਟ ਆਪਾਂ ਕਦੇ ਆਉਣ ਹੀ ਨਹੀਂ ਦਿੰਦੇ ਕਿਉਂਕਿ ਯੂਰੀਆ ਦਾ ਕੰਮ ਪਹਿਲੇ ਬਹੁਤ ਜ਼ਿਆਦਾ ਖਿੱਚੀ ਜਾ ਰਿਹਾ ਕੰਮ ਆਪਾਂ। ਕੋਈ ਵੀ ਫਸਲ ਦਾ ਨਵਾਂ ਪੱਤਾ ਜਾਂ ਦੂਜਾ ਪੱਤਾ ਜਿਹੜਾ ਪੀਲੇ ਰੰਗ ਦਾ ਨਿਕਲੂਗਾ ਉਹ ਸਲਫਰ ਦੀ ਘਾਟ ਹੈ ਗੰਧਕ ਦੀ ਘਾਟ ਹੈ ਉਹਨੂੰ ਕੋਸਾ ਮਿਲ ਪੂਰੀ ਕਰੂਗੀ ਉਹਨੂੰ ਯੂਰੀਆ ਪੂਰੀ ਨਹੀਂ ਕਰ ਸਕਦੀ। ਜਿਸ ਤਰ੍ਹਾਂ ਪਿੱਛੇ ਕਣਕਾਂ ਦਾ ਸੀਜ਼ਨ ਚਲਾ ਗਿਆ ਕਣਕਾਂ ਨੂੰ ਜਦੋਂ ਵੀ ਆਪਾਂ ਪਹਿਲਾਂ ਪਾਣੀ ਲੜਨੇ ਹਾਂ ਅਤੇ ਕਣਕਾਂ ਇੱਕਦਮ ਪੀਲੀਆਂ ਪੈਣੀ ਸ਼ੁਰੂ ਹੋ ਜਾਂਦੀਆਂ ਉਦੋਂ ਜ਼ਮੀਨਦਾਰ ਘਰਾਕੀ ਕਰਦੇ ਖੇਤਾਂ ਦੇ ਵਿੱਚ ਇੱਕਦਮ ਯੂਰੀਆ ਪਾਉਣਾ ਸ਼ੁਰੂ ਕਰ ਦਿੰਦੇ। ਜਿੰਨੀ ਤੁਸੀਂ ਖੇਤਾਂ ਦੇ ਵਿੱਚ ਯੂਰੀਆ ਜ਼ਿਆਦਾ ਪਾਓਗੇ ਉਨੀ ਫਸਲ ਦੇ ਵਿੱਚ ਬਿਮਾਰੀ ਜ਼ਿਆਦਾ ਲੱਗਣਗੀਆਂ, ਜਿੰਨੀਆਂ ਦੇ ਵਿੱਚ ਬਿਮਾਰੀ ਜ਼ਿਆਦਾ ਲੱਗਣਗੀਆਂ ਉਹਨੀਆਂ ਆਪਾਂ ਨੂੰ ਉਹਦੇ 'ਤੇ ਸਪਰੇਆਂ ਜ਼ਿਆਦਾ ਕਰਨੀਆਂ ਪੈਣਗੀਆਂ, ਜਿੰਨੀਆਂ ਸਪਰੇਆਂ ਜ਼ਿਆਦਾ ਕਰਾਂਗੇ ਉਹ ਸਭ ਬਿਮਾਰੀ ਦਾ ਘਰ ਹੈ। ਸਭ ਤੋਂ ਪਹਿਲੇ ਆਪਾਂ ਆਪਣੇ ਖੇਤਾਂ ਦੇ ਵਿੱਚ ਯੂਰੀਆ ਦਾ ਇੱਕ ਇੱਕ ਗੱਟਾ ਪਾਉਣਾ ਸ਼ੁਰੂ ਕੀਤਾ ਸੀ, 3-3, 4-4 ਗੱਟਿਆਂ ਵਿੱਚ ਪਹੁੰਚ ਗਏ। ਉਸੇ ਸਾਰਾ ਜਿਹੜੀ ਆਪਣੀ ਫਸਲ ਦੀ ਪੈਦਾਵਾਰ ਹੈ ਫਸਲ ਦਾ ਝਾੜ ਹੈ ਉਹ 4 ਗੁਣਾ ਵਧਣਾ ਚਾਹੀਦਾ ਸੀ, ਝਾੜ ਦਿਨ ਬ ਦਿਨ ਘਟਦਾ ਜਾ ਰਿਹਾ। ਉਹਦਾ ਕਾਰਨ ਕੀ ਕਿ ਜਿਸ ਚੀਜ਼ ਦੀ ਲੋੜ ਆ ਆਪਾਂ ਉਹ ਚੀਜ਼ਾਂ ਨਹੀਂ ਪਾ ਰਹੇ, ਆਪਾਂ ਯੂਰੀਆ 'ਤੇ ਜ਼ਿਆਦਾ ਜ਼ੋਰ ਦੇ ਰਹੇ ਹਾਂ। ਸਭ ਤੋਂ ਗੱਲ ਪੰਜਾਬ ਅਤੇ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਵਾਲੇ ਕਿਤਾਬਾਂ ਰਸਾਲ ਦੇ ਵਿੱਚ ਆਮ ਲਿਖਦੇ ਹੈ ਕਿ ਆਪਣੀ ਜ਼ਮੀਨਾਂ ਵਿੱਚ ਸਲਫਰ ਦੀ ਘਾਟ ਹੈ ਗੰਧਕ ਦੀ ਘਾਟ ਹੈ, ਇਹਦੇ ਵਿੱਚ ਵੀਰ ਮੇਰੇ ਸਲਫਰ ਹੈ ਹੋਰ ਕੋਈ ਚੀਜ਼ ਨਹੀਂ। ਇਹਦੇ ਪਵਾਉਣ ਨਾਲ ਅਸੀਂ ਤੁਹਾਡਾ ਕੋਈ ਫਾਲਤੂ ਦਾ ਖਰਚਾ ਨਹੀਂ ਕਰਾ ਰਹੇ। ਜਿੱਥੇ ਤੁਸੀਂ ਯੂਰੀਆ ਦੇ 3-3 ਗੱਟੇ ਪਾ ਰਹੇ ਹੋ ਉੱਥੇ ਵੱਧ ਤੋਂ ਵੱਧ ਯੂਰੀਆ 35-35 ਕਿਲੋ 3 ਵਾਰੀ ਯਾਨੀ ਕਿ 2 ਗੱਟੇ ਪਾਓ। ਜਿਹੜਾ ਯੂਰੀਆ ਦਾ ਤੁਹਾਡਾ 1 ਗੱਟਾ ਬਚ ਜੂਗਾ ਉਹਦੀ ਥਾਂ 'ਤੇ ਤੁਹਾਡੀ ਇਹ ਕੋਸਾ ਮਿਲ ਆ ਜੂਗੀ। ਜਿੱਥੇ ਆਪਾਂ ਇਹ ਪਾਵਾਂਗੇ ਇਹਦੇ ਪਾਉਣ ਨਾਲ ਕੋਈ ਵੀ ਫਸਲ ਹੈ ਆਪਣੇ ਅਖੀਰ ਤੱਕ ਪੀਲੇ ਰੰਗ ਦੀ ਨਹੀਂ ਪਾਊਗੀ, ਫਸਲ ਡਿੱਗੂਗੀ ਨਹੀਂ। ਅਗਰ ਫਸਲ ਡਿੱਗ ਪਏ ਉਹਦਾ ਝਾੜ ਵੀ ਘੱਟ ਦਿੰਦਾ, ਕੁਆਲਿਟੀ ਵੀ ਘੱਟ ਦਿੰਦੀ ਅਤੇ ਕਟਾਈ ਵਾਲਾ ਵੀ ਤੁਹਾਡੇ ਕੋਲ ਡੇਢੇ ਪੈਸੇ ਦਿੰਦਾ। ਹੁਣ ਵੀਰ ਮੇਰੇ ਮੈਂ ਤੁਹਾਨੂੰ ਪਾਉਣ ਦਾ ਉਸ ਸਮੇਂ ਪਾਉਣ ਦਾ ਫਸਲਾਂ ਦੇ ਵਿੱਚ ਇਹਦਾ ਤਰੀਕਾ ਦੱਸ ਰਿਹਾ। ਜਿਸ ਤਰ੍ਹਾਂ ਤੁਸੀਂ ਝੋਨਾ ਲਾ ਲਿਆ
ਝੋਨਾ ਲਾਉਣ ਤੋਂ ਬਾਅਦ ਜਦੋਂ ਤੁਸੀਂ ਖੇਤ ਵਿੱਚ ਯੂਰੀਆ ਪਾਉਣੀ ਹੈ, ਉੱਥੇ ਇੱਕ ਗੱਟਾ ਨਹੀਂ ਲੈਣਾ, 30 ਕਿਲੋ ਯੂਰੀਆ ਲਓ, ਪਾਣੀ ਦਾ ਛਿੱਟਾ ਦਿਓ, ਮਿਲਾ ਕੇ ਖਿਲਾ ਦਿਓ। ਦਸਵੇਂ ਦਿਨ ਤੁਸੀਂ ਬੂਟਾ ਵੱਟ ਕੇ ਦੇਖਿਆ ਜੀ, ਜਦੋਂ ਜੜ੍ਹਾਂ ਦਾ ਜਾਲਾ ਬਣ ਗਿਆ, ਸ਼ਾਖਾਵਾਂ ਤਨੇ ਵਧਣੇ ਸ਼ੁਰੂ ਹੋ ਗਏ, ਅਤੇ ਭਾਈ ਸਾਹਿਬ ਝਾੜ ਵਧਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਐਸੀ ਤਰ੍ਹਾਂ ਤੁਸੀਂ ਚਰੀ ਮੱਕੀ ਦੇ ਵਿੱਚ ਪਾ ਕੇ ਦੇਖੋ, ਉਹਦੇ ਵਿੱਚ ਪਾਣਾ ਤੁਹਾਨੂੰ ਐਂ ਲੱਗੇਗਾ ਜਿਵੇਂ 1 ਮਹੀਨੇ ਬਾਅਦ ਐਂ ਲੱਗੂਗਾ ਜਿਵੇਂ ਖੇਤ ਦੇ ਵਿੱਚ ਗੰਨਾ ਬੀਜਿਆ। ਬਰਸੀਮ ਠੰਡ ਦੇ ਵਿੱਚ ਘੱਟ ਹੁੰਦੀ ਹੈ ਕਿਉਂਕਿ ਉਹਦੇ ਥੱਲੇ ਜੜ ਗਲਣ ਦੀ ਗਲੇ ਦੀ ਬਿਮਾਰੀ ਹੁੰਦੀ ਹੈ। ਇਹ ਐਸੇ ਫੰਗੀਸਾਈਡ ਐਕਰੀਸਾਈਡ ਹੋਣ ਦੀ ਵਜ੍ਹਾ ਨਾਲ ਇਹ ਜੜ ਗਲਣ ਗਲੇ ਦੀ ਬਿਮਾਰੀ ਨੂੰ ਖਤਮ ਕਰਦੀ ਹੈ। ਇਹਦੇ ਪਾਣ ਨਾਲ ਤੁਹਾਨੂੰ ਫੁਟਾਰਾ ਜ਼ਿਆਦਾ ਹੁੰਦਾ, ਜਿੰਨਾ ਫੁਟਾਰਾ ਜ਼ਿਆਦਾ ਹੋਊਗਾ ਤੁਹਾਡੀ ਬਰਸੀਮ ਦੀਆਂ 2 ਕਟਾਈਆਂ ਵੱਧ ਹੋਣਗੀਆਂ। ਇਹਦੇ ਪਾਣ ਨਾਲ ਬਰਸੀਮ ਵਿੱਚੋਂ ਲਾਲੀਆ ਜਾਮਨੀ ਰੰਗ ਦੀ ਨਹੀਂ ਹੋਊਗੀ, ਔਰ ਪਸ਼ੂ ਵੀ ਇਸ ਬਰਸੀਮ ਨੂੰ ਸ਼ੌਂਕ ਨਾਲ ਖਾਊਗਾ ਕਿਉਂਕਿ ਇਹਦੇ ਪਾਣ ਨਾਲ ਪ੍ਰੋਟੀਨ ਦੀ ਮਾਤਰਾ ਦੇ ਵਿੱਚ ਵਾਧਾ ਹੁੰਦਾ, ਔਰ ਕੋਈ ਵੀ ਪਸ਼ੂ ਬਰਸੀਮ ਜ਼ਿਆਦਾ ਖਾ ਲਏ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਵਗੈਰਾ ਨਹੀਂ ਹੋਏਗਾ। ਐਸੇ ਤਰ੍ਹਾਂ ਜਿੱਥੇ ਆਪਾਂ ਲਗਾਤਾਰ NPK ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਖਾਦਾਂ ਵਰਤਦੇ ਆ ਰਹੇ ਹਾਂ, ਚੌਥਾ ਮੁੱਖ ਪੋਸ਼ਕ ਤੱਤਵ ਹੈ ਸਲਫਰ। ਜਿੱਥੇ ਵੀਰ ਮੇਰੇ ਤੁਸੀਂ ਯੂਰੀਆ ਪਾ ਰਹੇ ਹੋ, ਯੂਰੀਆ ਦੀ ਮਾਤਰਾ ਘਟਾ ਦਿਓ, ਪਾਣੀ ਦਾ ਛਿੱਟਾ ਦੇ ਦਿਓ, ਉੱਥੇ ਮਿਲਾ ਕੇ ਇਹ ਪਾ ਦਿਓ। ਹੁਣ ਜਿਹੜੇ ਤੁਹਾਡੇ ਸਾਹਮਣੇ ਪਾਣੀ ਦੇ ਜਾਰ ਭਰ ਕੇ ਰੱਖੇ, ਇਹਦਾ ਮਤਲਬ ਇਹ ਹੈ ਬਈ ਆਪਾਂ ਇੱਥੇ ਇੰਨੇ ਜਣੇ ਬੈਠੇ ਹਾਂ, ਆਪਾਂ ਆਪਣਾ ਸਾਰਾ ਦਾ ਸਰੀਰ ਅੰਦਰੋਂ ਇੱਕੋ ਹੈ, ਪਰ ਸਭ ਦੀ ਕੁਆਲਿਟੀ ਸਭ ਦੇ ਗੁਣ ਅਲੱਗ ਅਲੱਗ ਹੈ। ਕਿਸੇ ਵਿੱਚ 10 ਗੁਣ ਵੱਧ ਹੈ, ਕਿਸੇ ਦੇ ਵਿੱਚ 8 ਗੁਣ ਵੱਧ ਹੈ, ਕਿਸੇ ਦੇ ਵਿੱਚ 5 ਗੁਣ ਘੱਟ ਵੀ ਹੈ। ਜਿਹੜਾ ਕੰਮ ਵੀਰ ਮੇਰੇ ਮੈਂ ਕਰ ਸਕਦਾ ਤੁਸੀਂ ਨਹੀਂ ਕਰ ਸਕਦੇ, ਜਿਹੜਾ ਤੁਸੀਂ ਕਰ ਸਕਦੇ ਮੈਂ ਨਹੀਂ ਕਰ ਸਕਦਾ। ਹਰ ਇੱਕ ਬੰਦੇ ਦੇ ਵਿੱਚ ਕੁਆਲਿਟੀ ਹੁੰਦੀ ਹੈ। ਜਿਹੜੀ ਦੇਖੋ ਅਸਲੀ ਸਲਫਰ ਹੈ, ਇੱਕ ਤਾਂ ਨੰਬਰ 1 'ਤੇ ਤੁਸੀਂ ਇਹਦੀ ਥੈਲੀ ਖੋਲ੍ਹ ਕੇ ਦੇਖੋ, ਇਹ ਬਿਲਕੁਲ ਪਿਓਰ ਭੂਰੇ ਰੰਗ ਦੀ ਹੋਏਗੀ। ਦੂਜੇ ਨੰਬਰ 'ਤੇ ਇਹਨੂੰ ਆਪਾਂ ਕਾਗਜ਼ 'ਤੇ ਰੱਖ ਕੇ ਦੇ ਅੱਗ ਲਾ ਦਈਏ, ਜਿਹੜੀ ਸੜ ਗਈ ਉਹ ਸਲਫਰ ਹੈ, ਜਿਹੜੇ ਥੱਲੇ ਪਿਆ ਰਹਿ ਗਿਆ ਵੇਖਦਾ ਹੈ। ਸਭ ਤੋਂ ਵਧੀਆ ਅਤੇ ਆਸਾਨ ਤਜਰਬਾ ਇਹ ਗਿਲਾਸ 'ਚ ਨਹੀਂ ਕਰਨਾ, ਇਹ ਕੰਚ ਦੀ ਜਾਂ ਪਲਾਸਟਿਕ ਦੀ ਪਾਣੀ ਦੀ ਬੋਤਲ ਉੱਤੇ ਤੱਕ ਭਰ ਲਓ, ਅਤੇ ਇਹਦੇ ਵਿੱਚ ਵੀਰ ਮੇਰੇ ਤੁਸੀਂ ਇਸ ਤਰ੍ਹਾਂ ਸਲਫਰ ਪਾਉਣਾ ਸ਼ੁਰੂ ਕਰ ਦਿਓ। ਜਿਹੜਾ ਅਸਲੀ ਸਲਫਰ ਹੋਊਗਾ ਉਹ ਤਾਂ ਭੁੱਲ ਗਿਆ, ਜਿਹੜਾ ਰੇਤਾ ਹੈਗਾ ਉਹਨੇ ਜਾ ਕੇ ਥੱਲੇ ਪੈ ਜਾਣਾ। ਇਹਦਾ ਜਿਹੜਾ ਅਸਰ ਹੈ ਉਹ 1.5 ਮਹੀਨਾ 45 ਦਿਨ ਤੱਕ ਰਹੂਗਾ, ਉਸ ਤੋਂ ਬਾਅਦ ਇਹਦਾ ਅਸਰ ਖਤਮ ਹੋ ਜਾਊਗਾ, ਹਰ ਫਸਲ 'ਤੇ ਆਪਾਂ ਦੁਬਾਰਾ ਪਾਉਣਾ ਪਊਗਾ। ਦੂਜੀ ਗੱਲ, ਇਹਨੂੰ ਵੀਰ ਮੇਰੇ ਆਪਾਂ ਥੱਲੇ ਜ਼ਮੀਨ ਦੇ ਵਿੱਚ ਪਾਉਣੀ ਹੈ, ਉੱਤੇ ਦੀ ਸਪਰੇਅ ਨਹੀਂ ਕਰਨੀ। ਜਿਸ ਤਰ੍ਹਾਂ ਬਰਫ਼ ਨੂੰ ਹੱਥ ਵਿੱਚ ਫੜੋ ਠੰਡੀ ਹੁੰਦੀ ਹੈ, ਉਹਦਾ ਪਾਣੀ ਵੀ ਇਹ ਨੁਕਸਾਨ ਕਰਦਾ ਹੈ। ਇਹਨੂੰ ਥੱਲੇ ਜ਼ਮੀਨ ਦੇ ਵਿੱਚ ਪਾਓਗੇ ਵੀਰ ਮੇਰੇ, ਥੱਲੋਂ ਤੋਂ ਲੈ ਕੇ ਉੱਤੋਂ ਝਾੜ ਤੱਕ ਇਹ ਪੂਰਾ ਕੰਮ ਕਰੂਗੀ, ਸਪਰੇਅ ਇਹਦੀ ਬਿਲਕੁਲ ਨਹੀਂ ਕਰਨੀ। ਤੀਜੀ ਗੱਲ, ਜਿਹੜੀ ਰੋੜੇ ਪੱਥਰਾਂ ਵਾਲੀ ਜ਼ਮੀਨ ਹੈ, ਕਿਰਾਏ ਵਾਲੇ ਵਾਹਣ ਹੈ, ਉੱਥੇ 5 ਕਿਲੋ ਤੋਂ ਲੈ ਕੇ 6 ਕਿਲੋ ਕਿੱਲੇ ਦੇ ਸਾਨਾ ਪਾਓ, ਨੰਗੇ ਪੈਰ ਚਲੋ, ਐਂ ਜ਼ਮੀਨ ਨੂੰ ਪੋਲੀ ਕਰ ਦੂਗੀ। ਜਿੰਨੇ ਵੀ ਬੰਬ ਬਲਾਸਟ ਹੁੰਦੇ ਆ ਉਹਦੇ ਵਿੱਚ 2 ਚੀਜ਼ਾਂ ਪੈਂਦੀਆਂ, ਇੱਕ ਸਲਫਰ ਅਤੇ ਇੱਕ ਪੋਟਾਸ਼। ਜਿੱਥੇ ਤੁਸੀਂ ਉਸ ਸਮੇਂ ਪਾਓਗੇ ਇਹ ਜ਼ਮੀਨ 'ਤੇ ਜਾ ਕੇ ਬੰਬ ਬਲਾਸਟ ਕਰ ਦੂਗੀ, ਜ਼ਮੀਨ ਦੇ ਰੋਮ ਖੋਲ ਦੂਗੀ, ਮਸਾਂ ਖੋਲ ਦੂਗੀ। ਜਦੋਂ ਜ਼ਮੀਨ ਦੇ ਰੋਮ ਮਸਾਂ ਖੋਲ ਤਾਂ ਸਮਝੋ ਕੰਮ ਵਧੀਆ ਜਿਹੜਾ ਇਹਦਾ ਹੈਗਾ। ਸੋ ਦੂਜੀ ਦਵਾਈ ਵੀਰ ਮੇਰੇ ਹੈਗੀ ਇਹ ਪ੍ਰੋਸਪਰ, ਇਹ ਹੈਗੀ ਦਵਾਈ ਫੰਗੀਸਾਈਡ ਹੈ। ਇਹ 86.27% ਕਾਰਬਨਡੀਅਮ ਲਿਕੁਇਡ ਹੈ, ਇਹਦੇ ਵਿੱਚ ਟੈਕਨੀਕਲ। ਇਹ ਜਿਹੜਾ ਝੰਡਾ ਰੋਗ, ਬਕਾਣਾ ਰੋਗ ਜਾਂ ਜੜ ਗਲਾਂ ਦੀ ਜਿੰਨੀ ਫੰਗਸ ਦੀ ਬਿਮਾਰੀਆਂ ਹੁੰਦੀਆਂ, ਇਹ 1/2 ਲੀਟਰ ਤੁਸੀਂ ਇਹ ਵੀ ਨਾਲ ਮਿਲਾ ਕੇ ਅਗਰ ਇਹਦਾ ਛਿੱਟਾ ਦੇ ਦਿਓ, ਅਤੇ ਭਾਈ ਸਾਹਿਬ ਜਿੰਨੀਆਂ ਬਿਮਾਰੀਆਂ ਲੱਗਦੀਆਂ ਇਹਦੇ ਪਾਣ ਨਾਲ ਜਿਹੜੀਆਂ ਘੱਟ ਤੋਂ ਘੱਟ ਲੱਗਦੀਆਂ। ਸੋ ਬਾਕੀ ਆਪਣੀਆਂ ਗਲੋਬਲ ਹੈ, ਜਿਵੇਂ ਤੇਲੇ ਤੂਲੇ ਵਾਸਤੇ ਹੈ, ਹਾਂਜੀ, ਹੋਰ ਬਾਕੀ ਦਵਾਈਆਂ ਬਰਾਂਡੋ ਹੈਗੀਆਂ, ਕਾਫੀ ਦਵਾਈਆਂ ਆਪਣੀ ਕੰਪਨੀ ਦਵਾਈਆਂ ਬਹੁਤ ਹੁੰਦੀਆਂ। ਸੋ ਤਜਰਬੇ ਤੌਰ 'ਤੇ, ਟ੍ਰਾਇਲ ਤੌਰ 'ਤੇ, ਵਾਹਿਗੁਰੂ ਪੈਸਟੀਸਾਈਡ ਵਾਲੇ ਬੈਠੇ ਮੁਕੇਸ਼ ਜੀ ਬੈਠੇ ਹੈ, ਤਜਰਬੇ ਤੌਰ 'ਤੇ ਦਵਾਈਆਂ ਜ਼ਰੂਰ ਪਾ ਕੇ ਦੇਖੋ। ਕੋਈ ਨਾਏ ਕੋਲ ਪੁੱਛਦਾ ਸੀ, ਕਹਿੰਦਾ ਸਿਰ 'ਤੇ ਵਾਲ ਕਿੰਨੇ ਉਹਨੇ ਕਿੱਕੇ ਆ ਜਾਣੇ। ਜਿੱਥੇ ਵੀਰ ਮੇਰੇ ਤੁਸੀਂ ਕੋਸਾ ਮਿਲ ਪਾਓਗੇ, 10ਵੇਂ ਦਿਨ ਬੂਟਾ ਪੱਟ ਕੇ ਦੇਖੋਗੇ, ਜਦੋਂ ਜੜ੍ਹਾਂ ਦਾ ਜਾਲਾ ਬਣ ਗਿਆ, ਸ਼ਾਖਾਵਾਂ ਤਨੇ ਵਧਣੇ ਸ਼ੁਰੂ ਹੋ ਗਏ, ਅਤੇ ਝਾੜ ਵਧਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਠੀਕ ਹੈ ਵੀਰ ਮੇਰੇ, ਇਸ ਦੇ ਨਾਲ ਇੱਕ ਜਿਹੜੀ ਤੁਸੀਂ ਮੂੰਗੀ ਦੀ ਦਾਲ ਵਰਗੀ ਸਲਫਰ ਪਾਉਂਦੇ ਹੋ, ਉਹ ਕੀ ਹੈਗਾ, ਇਹਦਾ ਪਾਣ ਦਾ ਬਹੁਤ ਘੱਟ ਫਾਇਦਾ ਹੁੰਦਾ, ਕਿਉਂਕਿ ਇਹਦਾ ਕੀ ਹੁੰਦਾ, ਇਹਨੂੰ ਇਸ ਫਸਲ 'ਤੇ ਪਾਓਗੇ, ਅਗਲੀ ਫਸਲ 'ਤੇ ਜਾ ਕੇ ਹੌਲੀ ਹੌਲੀ ਕੰਮ ਕਰਨਾ ਸ਼ੁਰੂ ਕਰੂਗੀ, ਇਹ ਪਾਣੀ ਦੇ ਵਿੱਚ ਬਿਲਕੁਲ ਨਹੀਂ ਘੁਲਦੀ। ਔਰ ਜਿਹੜੀ ਵਾਰੀ ਆਹ ਤੁਹਾਨੂੰ ਘੋਲ ਕੇ ਦਿਖਾਈ ਹੈ, ਇਹ 24 ਘੰਟੇ ਦੇ ਅੰਦਰ ਅੰਦਰ ਬੂਟੇ ਨੂੰ ਮਿਲਣਾ ਸ਼ੁਰੂ ਹੋ ਜਾਂਦੀ, ਤਾਂ ਹੀ 24 ਘੰਟੇ ਦੇ ਨਾਲ ਇਹਨਾਂ ਦਾ ਕੀ ਹੁੰਦਾ ਕਿ ਆਪਣਾ ਤਾਂ ਹੀ ਥੱਲੋਂ ਜੜ੍ਹਾਂ ਦਾ ਜਾਲਾ ਜਿਹੜਾ ਹੈਗਾ ਨਾ ਦੇ ਨਾਲ ਤਿਆਰ ਹੋ ਜਾਂਦਾ ਹੈ। ਲਗਾਤਾਰ ਆਪਾਂ ਖੇਤਾਂ ਦੇ ਵਿੱਚ ਯੂਰੀਆ ਪਾ ਰਹੇ ਹਾਂ, ਯੂਰੀਆ ਪਾਉਣ ਨਾਲ ਆਪਣੀ ਇੱਕ ਫਸਲ ਬਹੁਤ ਦੂਰੋਂ ਬਹੁਤ ਵਧੀਆ ਲੱਗਦੀ ਹੈ, ਪਰ ਜਦੋਂ ਝਾੜ 'ਤੇ ਜਾਈਦਾ, ਠਾ ਜਾ ਕੇ ਕੰਮ ਥੱਲੇ ਡਿੱਗਦਾ ਹੈ। ਜਿੱਥੇ ਤੁਸੀਂ ਕੋਸਾ ਮਿਲ ਪਾਓਗੇ, ਇਹਦੇ ਪਾਉਣ ਨਾਲ ਵੀਰ ਮੇਰੇ ਭਾਵੇਂ ਕਣਕ ਹੈ, ਭਾਵੇਂ ਝੋਨਾ, ਦਾਣਾ ਵਜਨ ਦਾਣੇ ਦੇ ਵਿੱਚ ਵਜਨ ਹੋਊਗਾ, ਭਾਰੀ ਹੋਊਗਾ, ਜਦੋਂ ਕੰਬਾਈਨ ਚਲਾਵਾਂਗੇ ਉਹ ਆਟੋਮੈਟਿਕਲੀ ਭਾਰੀ ਚੱਲੂ। ਠੀਕ ਹੈ, ਇਸ ਵਾਸਤੇ ਇਹ ਚੀਜ਼ਾਂ। ਠੀਕ ਹੈ ਵੀਰ ਮੇਰੇ, ਇਹਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਹੋਰ ਕੋਈ ਗੱਲਬਾਤ ਕੁਛ ਨਹੀਂ ਪੁੱਛ ਸਕਦੇ।